ਨਹੀਂ ਨਾ ਗੁਰਪ੍ਰੀਤ ਮਿਲ ਜੂਗੀ ਟੈਨਸ਼ਨ ਨਹੀਂ ਲੈਣੀ ਤੁਹਾਡੇ ਹੁੰਦਿਆਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਦੋਂ ਤੁਸੀਂ ਮੇਰੇ ਨਾਲ ਖੜੇ ਜੀ ਕੀ ਆ ਰੋਣ ਕਾਲੀ ਦੀ ਆ ਫਾਰਮ ਖਾਲੀ ਆ ਕੀ ਹੋ ਗਿਆ ਕਿੰਨੀ ਡਿਗਰੀ ਨਹੀਂ ਆਈ ਤੁਹਾਡੀ ਨਾ ਡੀਐਮਸੀ ਆਈ ਆ ਲੜ ਪਣਾ ਸੀ ਕੀ ਹੋਇਆ 2 ਮਿੰਟ ਵੇਟ 2 ਮਿੰਟ ਵੇਟ ਕਰਦਾ ਮੈਂ ਕਿਹਾ 5 ਮਿੰਟ ਲੈ ਲਓ ਕੋਈ ਚੱਕਰ ਨਹੀਂ 2 ਮਿੰਟ ਬਾਅਦ ਪਤਾ ਲੱਗੂਗਾ ਵੀ ਆਈ ਹੈ ਕਿ ਨਹੀਂ ਡਿਗਰੀ ਯਾਰ ਆ ਹੀ ਗਈ ਹੋਏ ਯਾਰ ਵਿਚਾਰੇ ਯਾਰ ਪਿਛਲੀ ਵਾਰ ਵੀ ਆਏ ਖਾਲੀ ਹੱਥ ਮੁੜ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਚੈਨਲ ਹੋਪ ਗਾਇਸ ਤੁਸੀਂ ਸਾਰੇ ਜਣੇ ਕੈਂਟ ਹੋਵੋਗੇ ਤੇ ਪਿਛਲੇ ਵਲੌਗ ਸੀ ਜਿਨ੍ਹਾਂ ਨੇ ਵੀ ਮੈਕਬੁੱਕ ਲਈ ਕੰਗ੍ਰੈਚੁਲੇਸ਼ਨਸ ਕਿਹਾ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਤੇ ਅੱਜ ਆਪਾਂ ਜਲੰਧਰ ਤੋਂ ਵਾਪਸ ਚੱਲੇ ਆ ਵੈਸੇ ਆਪਾਂ ਕੱਲ ਹੀ ਚੱਲ ਜਾਣਾ ਸੀ ਪਰ ਧੁੰਦ ਅੱਜ ਕੱਲ ਮਤਲਬ 4:30-5 ਵਜੇ ਪੈ ਜਾਂਦੀ ਆ ਫਿਰ ਅੰਕਲ ਕਹਿੰਦੇ ਕਿ ਇਸ ਟਾਈਮ ਨਾ ਜਾਓ ਧੁੰਦ ਬਹੁਤ ਹੋਣੀ ਆ ਫਿਰ ਹੁਣ ਆਪਾਂ ਕਰਨ ਲੱਗੇ ਵਾਪਸੀ ਤੇ ਜਾਂਦੀ ਵਾਰ ਆਪਾਂ ਸਿੱਧਾ ਹੀ ਕਾਲਜ ਚੱਲੇ ਆ ਕਿਉਂਕਿ ਕਾਲਜ ਤੋਂ ਮੈਂ ਆਪਣੀ ਡੀਐਮਸੀ ਲੈਣੀ ਸੀ ਹਾਲੇ ਤੱਕ ਮੈਨੂੰ 6th ਸਮੈਸਟਰ ਦੀ ਡੀਐਮਸੀ ਨਹੀਂ ਸੀ ਮਿਲੀ 5th ਦੀ ਤੇ ਮੈਂ ਲੈ ਆਈ ਸੀ ਤੇ ਹੁਣ ਆਪਾਂ ਸਿੱਧਾ ਹੀ ਕਾਲਜ ਚੱਲੇ ਆ ਜੇ ਰੱਬ ਦੀ ਮਿਹਰ ਹੋਏ ਸ਼ਾਇਦ ਮੈਨੂੰ ਵੀ ਮਿਲ ਜੇ ਅੱਜ ਪੱਕਾ ਨਹੀਂ ਰਹੇ ਇਹਨਾਂ ਨੂੰ ਵੀ ਮਿਲ ਜੇ ਤੇ ਸਾਹਿਬ ਨੇ ਵੀ ਆਪਣੇ ਡਾਕੂਮੈਂਟਸ ਵਗੈਰਾ ਲੈਣੇ ਸੀਗੇ ਤੇ ਚੱਲੀਏ ਫਿਰ ਆਪਾਂ ਚਲੋ ਚੱਲੀਏ ਯਾਰ ਪਹਿਲਾਂ ਆਪਾਂ ਕਾਲਜ ਦਾ ਕੰਮ ਕਰ ਲਈਏ ਫਿਰ ਆਪਾਂ ਇੱਕੋ ਵਾਰੀ ਘਰ ਜਾਵਾਂਗੇ ਕਿਉਂਕਿ ਰਸਤੇ 'ਚ ਤੇ ਕਾਲਜ ਆਣਾ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਚਲੋ ਚੱਲੀਏ ਚਲੋ ਅਸਨੇਹਾ ਵੀ ਲੋ ਹਲੇ ਤੱਕ ਉੱਠੀ ਨਹੀਂ ਹੈ ਤੇ ਆ ਵੇਖੋ ਆਪਾਂ ਸਾਰੇ ਜਣੇ ਰੈਡੀ ਹੋ ਗਏ ਆ ਉਹ ਹਲੇ ਕੀ ਹੋਏ ਕੀ ਜੜਾ ਖਾਣਾ ਤੇਰੀ ਤੇਰੀ ਚੀਜ਼ਾਂ ਹੁੰਦੀਆਂ ਹਮੇਸ਼ਾ ਇਹਨੂੰ ਤੇ ਇੱਥੇ ਭੁੱਲ ਗਿਆ ਚਲੋ ਚੰਗਾ ਯਾਰ ਚੰਗਾ ਸੁਨੇਹਾ ਮਿਲਦੇ ਆ ਫੇਰ ਜਲਦੀ ਚਲੋ ਯਾਰ ਚੱਲ ਚੰਗਾ ਮੈਂ ਬੜਾ ਔਖਾ ਆਇਆ ਬਾਈ ਚਲੋ ਹੋਰ ਆ ਕੋਲਡ ਡਰਿੰਕ ਪੀ ਕੇ ਚੱਲਦੇ ਆ ਆਪਾਂ ਜਦੋਂ ਵੀ ਆਈਦਾ ਨਾ ਕਿਤੇ ਛੱਡ ਨਾ ਜੀ ਸਾਡੇ ਨਾਲ ਆਪਾਂ ਜਦੋਂ ਵੀ ਜਲੰਧਰ ਆਈਦਾ ਨਾ ਤੇ ਕੋਈ ਨਾ ਕੋਈ ਸਮਾਨ ਸਾਡੇ ਕੋਲ ਆਪਾਂ ਲੈ ਕੇ ਹੀ ਜਾਈਦਾ ਇਥੋਂ ਦੀ ਕੋਈ ਨਾ ਕੋਈ ਲਫਾਫੇ ਕੁਛ ਨਾ ਕੁਛ ਹੁੰਦਾ ਹੀ ਆ ਹੁਣ ਆਪਾਂ ਪਾਵਰ ਬੈਂਕ ਵਗੈਰਾ ਲੈ ਲਿਆ ਤੇ ਲੈਪਟਾਪ ਤੇ ਚਲੋ ਲੈਣਾ ਹੈ ਡਿੱਕੀ ਖੋਲਿਓ ਯਾਰ ਚਲੋ ਜੀ ਬੈਗ ਮੈਂ ਅੱਗੇ ਹੀ ਰੱਖ ਲੂੰਗੀ ਚਲੋ ਚਲੀਏ ਚਲੋ ਹਲੇ ਘਰੋਂ ਨਿਕਲੇ ਨਹੀਂ ਤੇ ਟਾਇਰ ਪਹਿਲਾਂ ਪੈਂਚਰ ਖਰਾਬ ਬੈਠਾ ਓਏ ਕੱਲ ਦਾ ਹੀ ਪੈਂਚਰ ਹੀ ਕੱਲ ਹੀ ਵੇਖਿਆ ਨਹੀਂ ਪਰ ਰਾਤੀ ਜਗ੍ਹਾ ਬਾਹਰ ਨਿਕਲੀ ਆ ਤਾਂ ਹੀ ਉਹਨੂੰ ਦੇਖ ਆ ਧਿਆਨ 2 hours later ਲੋ ਜੀ ਆਪਣਾ ਆ ਗਿਆ ਕਾਲਜ ਵਾਹਿਗੁਰੂ ਮਿਹਰ ਕਰੇ ਬਾ ਡੀਐਮਸੀ ਮਿਲ ਜੇ ਐਰ ਕੀ ਵੀ ਕਦੇ ਖਾਲੀ ਹੱਥ ਨਾ ਚੱਲ ਜੇ ਅੱਜ ਆਪਾਂ ਕਾਲਜ ਆਏ ਤੂੰ ਨਹੀਂ ਮੈਂ ਬਹੁਤ ਦੇਰ ਬਾਅਦ ਐਂਜਲ ਦੀ ਸਹੇਲੀ ਵੀ ਇੱਥੇ ਹੀ ਆ ਓ ਬੈਸਟ ਫਰੈਂਡ ਐਂਜਲ ਦੀ ਬੈਸਟ ਫਰੈਂਡ ਹੈਗੀ ਹੈ ਹੈਲੋ ਹੈਲੋ ਕੀ ਹਾਲ ਵਧੀਆ ਵਧੀਆ ਹਾਲ ਹੋਰ ਪਰਨੇ ਦੇ ਕੀ ਹਾਲ ਚਾਲ ਜੇ ਠੀਕ ਹੋ ਠੀਕ ਠਾਕ ਹੈ ਕਰਦਾ ਵਧੀਆ ਹਾਂਜੀ ਵਧੀਆ ਵਧੀਆ ਯਾਰ ਵਿਚਾਰੀ ਠੰਡੀ ਹੋਈ ਪਈ ਆ ਖਾਲੀ ਬੜੀ ਪਿੱਛੇ ਖਲੋ ਗਏ ਸੀ ਪਹਿਲਾਂ ਤੁਸੀਂ ਜ਼ਿਆਦਾ ਪਿੱਛੇ ਖਲੋ ਗਏ ਸੀ ਮੈਂ ਤੁਹਾਨੂੰ ਕਹਿ ਸੁਣਾ ਦੇ ਖਲੋ ਜਿਓ ਚਲੋ ਹੁਣ ਆਪਾਂ ਲੈਨੇ ਆ ਡੀਐਮਸੀ ਹਾਂਜੀ ਇਧਰ ਬੈਸਟ ਫਰੈਂਡ ਆਵੇ ਹੁਣ ਕਿੱਥੇ ਸੁਣਦੀ ਵੀ ਓਏ ਹੈ ਹੁਣ ਨਹੀਂ ਸੁਣਨਾ ਹੁਣ ਨਹੀਂ ਨੇ ਸੁਣਨਾ ਐਂਜਲ ਕੀ ਗੱਲ ਬੜੇ ਚਿਰਾ ਬਾਅਦ ਮਿਲੀ ਆ ਚਲੋ ਹੁਣ ਆਪਾਂ ਜਾਂਦੇ ਪਏ ਆ ਕਲਾਸ ਨੂੰ ਆਪਣੇ ਡਿਪਾਰਟਮੈਂਟ ਵੱਲ ਕਿੱਦਾਂ ਦਾ ਲੱਗ ਰਿਹਾ ਗੁਰਪ੍ਰੀਤ ਇੰਨੀ ਦੇਰ ਬਾਅਦ ਜਦੋਂ ਪੜ੍ਹੀਦਾ ਸੀ ਉਦੋਂ ਜਾਈਦਾ ਨਹੀਂ ਕਲਾਸਾਂ 'ਚ ਚਲੋ ਗਾਇਜ਼ ਆ ਗਿਆ ਸੀ ਮੇਰਾ ਡਿਪਾਰਟਮੈਂਟ ਬਟ ਸਰ ਕਹਿੰਦੇ ਕਿ ਤੁਸੀਂ ਮੇਨ ਆਫਿਸ ਚਲ ਜਾਓ ਸਮਾਨ ਸਮੂਨ ਇਕੱਠਾ ਕਰੋ ਕਹਿੰਦੇ ਸਮਾਨ ਸਮੂਨ ਇਕੱਠਾ ਕਰੋ ਆਪਣਾ ਪਹਿਲਾਂ ਡੀਐਮਸੀ ਮਿਲ ਜਾਊ ਅੱਜ ਕਿ ਨਹੀਂ ਉਹ ਕਹਿੰਦੇ ਫਾਰਮ ਫੂਮ ਫਿਲ ਕਰੋ ਫਿਰ ਸਾਈਨਿੰਗ ਕਰਾਉਣੀ ਆ ਲਾਇਬ੍ਰੇਰੀ ਜੇ ਉੱਥੇ ਫਾਈਨ ਦੇਣਾ ਪੈਣਾ ਆਪਾਂ ਕਾਰਡ ਤੇ ਗਣੀ ਆਪਣੇ ਕੋਲ ਲਾਇਬ੍ਰੇਰੀ ਪਤਾ ਕਿੱਧਰ ਗਿਆ ਕਿੱਧਰ ਨਹੀਂ ਉਹਨੂੰ ਫਾਰਮ ਮਿਲ ਗਿਆ ਕਹਿੰਦੇ ਇਹਨੂੰ ਭਰੋ ਤੇ ਫਿਰ ਜਗ੍ਹਾ ਜਗ੍ਹਾ ਜਾ ਕੇ ਸਾਈਨ ਸੂਨ ਕਰਾਓ ਸਪੈਸ਼ਲ ਹੁਣ 10 ਰੁਪਏ ਦਾ ਪੈਨ ਲੈਣਾ ਪਿਆ ਪੈਨ ਵੀ ਨਹੀਂ ਦਿੱਤਾ ਕੋਲੇ ਪੈਨ ਤੇ ਦਿੱਤਾ ਨਹੀਂ ਆਪਾਂ ਨੂੰ ਕੋਈ ਰੋਲ ਡੀਐਮਸੀ ਲੈਣ ਗਏ ਸੀ ਤੇ ਉਹਨਾਂ ਨੇ ਕੱਢ ਦਿੱਤਾ ਕਹਿੰਦੇ ਪਹਿਲਾਂ ਕੰਮ ਜਮਾ ਕਰਾਓ ਜਿਹੜਾ ਨਹੀਂ ਕਰਾਇਆ ਗੁਰਪ੍ਰੀਤ ਵੇਲਾ ਆ ਹਲੇ ਵੀ ਸਾਡੀ ਬੇਇੱਜ਼ਤੀ ਹੁੰਦੀ ਪਈ ਬੇਇੱਜ਼ਤੀ ਹੋਣੀ ਮੈਂ ਤੇ ਕਰਾਤਾ ਸੀ ਮੇਰਾ ਕੰਮ ਨਹੀਂ ਮੈਂ ਪੂਰਾ ਕੀਤਾ ਸ਼ੀਟਸ ਨਹੀਂ ਜਮਾ ਕਰਿਆ ਕਹਿੰਦੇ ਕਰਾਓ ਹੁਣ ਆਪਾਂ ਗੱਡੀ 'ਚ ਸ਼ੀਟਸ ਲੈ ਕੇ ਆਏ ਹਾਂ ਉਹ ਜਮਾ ਕਰਾਵਾਂਗੇ ਫਿਰ ਮਿਲਣਾ ਉਹ ਵੀ ਮੈਂ ਗੁਰਪ੍ਰੀਤ ਕੋਲ ਮੰਗਾਈਆਂ ਮੇਰੀਆਂ ਪਤਾ ਨਹੀਂ ਕਿੰਨੇ ਮਹੀਨੇ ਦੀਆਂ ਗੁਰਪ੍ਰੀਤ ਦੇ ਘਰੇ ਪਈਆਂ ਸੀ
7 महीने हो गए पईया शीटां नूं हुण आपां काम जमा करावांगे अपना जिहड़ा पेंडिंग ही फेर जा गया उहनूं मिलनी डीएमसी चलो जी डिग्री भी मिल गई मैनूं तां डिग्री भी नहीं मिली मैं तां डिग्री लै गई गुरप्रनीत ने हले डिग्री भी लैनी आ लाइब्रेरी तो पास साइन कराते पे हाँ शायद हो जाए तो आखो अज तक की किताब खोली हो है यदि लौड़ हैगी आप पागल ही कहते लोग पागल ही कहते यदि लौड़ आ अच्छा पढ़ पढ़ बह के पढ़ना इतने दिमाग खराब करेंगे चार साल साइन हो जाऊंगे लाइब्रेरी कार्ड है का? कि नहीं है का? मैं का नहीं है का? 400 रुपया दे दो की कहते डब्बे लो 200 रुपया 200 रुपया देना पे 200 रुपया लुट पाई ना लुट ਕੀ ਆ ਰੌਣਕ ਵਾਲੀ ਦੀਆਂ ਕੰਮ ਖਾਲੀ ਆ ਕੀ ਹੋ ਗਿਆ ਕਿੰਨੀ ਡਿਗਰੀ ਨਹੀਂ ਆਈ ਤੁਹਾਡੀ ਨਾ ਡੀਐਮਸੀ ਆਈ ਆ ਲੜ ਪਣਾ ਹੀ ਨਹੀਂ ਮੈਂ ਮੇਰਾ ਵੀਡੀਓ ਚੈੱਕ ਕਰੋ ਮਿਲ ਗਈ ਆ ਚਾਹ ਤੈਨੂੰ ਬਤਾਈਆਂ ਉਹਨਾਂ ਨੇ ਮਿਲ ਗਈ ਇੰਟੈਲੀਜੈਂਟ ਬੱਚੀ ਨਹੀਂ ਉਹਦੀ ਵੀ ਨਹੀਂ ਮਿਲੀ ਓਏ ਆ ਤੇ ਮਿਲੀ ਹੋਈ ਆ ਆ ਤੇ ਮਿਲੀ ਹੋਈ ਆ ਆ ਮੈਨੂੰ ਨਹੀਂ ਮਿਲੀ ਡੀਐਮਸੀ ਤੇ ਮੈਨੂੰ ਨਹੀਂ ਮਿਲੀ ਤਾਂ ਪਹਿਲਾਂ ਹੀ ਮਿਲ ਗਈ ਤਾਂ ਡਿਗਰੀ ਨਹੀਂ ਮਿਲੀ ਡਿਗਰੀ ਉਹ ਸਾਈਨ ਕਰਾਉਣੀ ਹੈ ਡਿਗਰੀ ਤੋਂ ਤੇ ਨਹੀਂ ਮੇਰੀ ਤਾਂ ਮਿਲ ਗਈ ਮੈਨੂੰ ਡਿਗਰੀ ਮੈਂ 2 ਮਹੀਨੇ ਪਹਿਲਾਂ ਮਿਲ ਗਈ ਪ੍ਰੋਵੀਜ਼ਨਲ ਮਿਲ ਗਈ ਨਾ हले 200 रुपया दिता इको साइन हो हले 3 साइन कराने एच ओ डी होनी बिजी है सारे जने फायदे गए कार्ड नहीं गवाच गई ਮੈਨੂੰ ਪਤਾ ਨਹੀਂ ਕਦੀ ਵਰਤੇ ਨਹੀਂ ਤੇ ਕਿੱਥੇ ਪਏ ਕਿੱਥੇ ਨਹੀਂ ਓਏ ਇਹ ਫੋਮ ਦਿਖਾਓ ਯਾਰ ਇਹ ਉਹੀ ਫੋਮ ਹੈ ਨਾ ਜਿੱਤੇ ਲਾਇਬ੍ਰੇਰੀ ਅਕਾਊਂਟ ਤੇ ਇਹ ਵਾਲਾ ਫੋਮ ਭਰ ਕੇ ਸਾਰੇ ਦਾ ਸਾਈਨ ਕਰੇ ਇਹੋ ਹੀ ਹੈ ਫਿਰ ਡਿਗਰੀ ਹਾਂ ਉਹ ਇਹੀ ਸਾਈਨ ਕਰਾ ਇਹ ਡਿਗਰੀ ਨਹੀਂ ਗਈ ਇਹ ਹੈ ਮੇਰੀ ਮਿਲੀ ਆ ਫਿਰ ਮਿਲ ਗਈ ਨਾ ਬਸ ਠੀਕ ਆ ਅਸੀਂ ਵੀ ਸਾਈਨ ਕਰਾ ਲਏ ਬਸ ਤੂੰ ਰੋਣ ਕਾਲੀ ਦਾ ਆਪੀਆਂ ਕੀ ਹੋ ਗਿਆ ਰੋਣਾ ਹੀ ਆ ਜਦੋਂ ਕੁਝ ਮਿਲਿਆ ਹੀ ਨਹੀਂ ਮੈਨੂੰ ਮਿਲ ਜੂਗਾ ਚੱਲ ਕੋਈ ਨਾ ਹੌਸਲਾ ਰੱਖ ਆਪਾਂ ਵੀ ਤੇਰੇ ਨਾਲ ਹੀ ਆ ਹਲੇ ਚਲੋ ਕੋਈ ਨਹੀਂ ਠੀਕ ਆ ਫਿਰ ਆਪਾਂ ਕਿਸੇ ਦਿਨ ਲੈਣ ਆ ਜਾਾਂਗੇ ਹਾਂ ਠੀਕ ਆ ਹੁਣ ਕੁਝ ਖਾਣ ਪੀਣ ਚਲੀਏ ਚਲੋ ਯਾਰ ਨਾਸ਼ਤਾ ਮੇਰਾ ਚੈੱਕ ਕਰੋ ਮੈਨੂੰ ਨਹੀਂ ਪਤਾ ਵੀ ਕੀ ਚੈੱਕ ਕਰਾਂ ਮਿਤਾਲੀ ਕਿਹੜਾ ਹੈ ਯਾਰ ਪੀਟੀਯੂ ਦਾ ਜਿਹੜਾ ਤੁਸੀਂ ਪੋਰਟਲ ਨਹੀਂ ਖੋਲਦੇ ਮੇਰਾ ਹਾਂ ਇਹਦਾ ਵੀ ਕਰੋ ਗੁਰਪ੍ਰਨੀਤ ਬਹੁਤ ਜ਼ਿਆਦਾ ਦੁਖੀ ਹੁੰਦੀ ਪਈ ਆ ਐਕਚੁਅਲੀ ਨਾ ਉਹੀ ਨਾ ਡੀਐਮਸੀ ਨਹੀਂ ਮਿਲੀ ਵਿਚਾਰੀ ਦੀ ਤੇ ਡਿਗਰੀ ਵੀ ਲੈਣੀ ਆ ਤੇ ਡਿਗਰੀ ਲੈਣ ਵਾਸਤੇ ਨਾ 2-3 ਜਣਿਆਂ ਦੇ ਸਾਈਨ ਹੋਣੇ ਆ ਜਿਵੇਂ ਲਾਇਬ੍ਰੇਰੀ 'ਚ ਸਾਈਨ ਹੋਣੇ ਆ ਤੇ ਐਚਓਡੀ ਦੇ ਸਾਈਨ ਹੋਣੇ ਆ ਤੇ ਕੋਈ ਮੀਟਿੰਗ 'ਚ ਆ ਕੋਈ ਕਿਤੇ ਆ ਤੇ ਸਾਨੂੰ ਵੇਟ ਕਰਨੀ ਪੈ ਰਹੀ ਆ ਤੇ ਵਿਚਾਰੀ ਬਹੁਤ ਸੈਡ ਹੈ ਕੋਈ ਨਾ ਗੁਰਪ੍ਰਨੀਤ ਮਿਲ ਜੂਗੀ ਟੈਨਸ਼ਨ ਨਹੀਂ ਲੈਣੀ ਤੁਹਾਡੇ ਹੁੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਦੋਂ ਤੁਸੀਂ ਮੇਰੇ ਨਾਲ ਖੜੇ ਜੀ ਚਲੋ ਯਾਰ ਖੜਨਾ ਚਾਹੀਦਾ ਯਾਰ ਆਪਣੇ ਫਰੈਂਡਸ ਨਾਲ ਇੰਨੀ ਨਹੀਂ ਗੱਲ ਹੈਗੀ ਤੇ ਹੁਣ ਆਪਾਂ ਚੱਲੇ ਆ ਅਕਾਊਂਟ ਆਫਿਸ ਪਹਿਲਾਂ ਉੱਥੇ ਵੀ ਸਾਈਨ ਹੋਣੇ ਆ ਗਾਇਜ਼ ਆਪਾਂ ਹੁਣ ਅਕਾਊਂਟ ਆਫਿਸ ਹੋ ਕੇ ਆਏ ਆ ਤੇ ਦੁੱਖ ਭਰੀ ਖਬਰ ਇਹ ਹੈਗੀ ਆ ਕਿ ਵਿਚਾਰੀ ਗੁਰਪ੍ਰਨੀਤ ਦੀ ਡੀਐਮਸੀ ਨਹੀਂ ਆਈ ਕਿਤੇ 2-2.5 ਮਹੀਨੇ ਲੱਗਣੇ ਨਾ ਡਿਗਰੀ ਮਿਲੀ ਹੈ ਜੇ ਤੋਂ ਡਿਗਰੀ ਵੀ ਨਹੀਂ ਮਿਲਣੀ ਤੇ ਜਦੋਂ ਤੱਕ ਡੀਐਮਸੀ ਨਹੀਂ ਆਉਂਦੀ ਡਿਗਰੀ ਤੇ ਵੈਸੇ ਨਹੀਂ ਮਿਲਣੀ ਤੇ ਸ਼ਿਵਮ ਦੀ ਵੀ ਨਹੀਂ ਆਈ ਤੇ ਇਹਨਾਂ ਨੂੰ ਹਲੇ 2-2.5 ਮਹੀਨੇ ਲੱਗ ਜਾਣਗੇ ਆਉਣ 'ਚ ਪਰ ਕੋਈ ਨਾ ਮਿਲ ਜੂ ਯਾਰ ਮਿਲ ਜਾਣੀ ਕੋਈ ਗੱਲ ਨਹੀਂ ਇੰਨੀ ਟੈਨਸ਼ਨ ਨਹੀਂ ਲੈਣੀ ਮਿਲ ਜੂ ਵੇਖੋ ਮੂੰਹ ਲਟਕੇ ਪਏ ਆ ਇੱਧਰ ਵੀ चलो वेखदे आ ਇਹ ਉਹੀ ਪਾਰਕ ਹੈ ਜਿੱਥੇ ਵਿਆਹ ਤੋਂ ਪਹਿਲਾਂ ਜਦੋਂ ਸ਼ਿਵਮ ਤੇ ਮੈਂ ਕਾਲਜ ਜਾਂਦੇ ਇੱਥੇ ਬਈਦਾ ਹੁੰਦਾ ਸੀ ਮਤਲਬ ਮਿਲੀਦਾ ਸੀ ਇਹੀ ਪਾਰਕ 'ਚ ਮੇਨ ਅਤੇ ਅੱਜ ਇਹੀ ਪਾਰਕ ਦੇ ਸਾਹਮਣੇ ਇਹ ਖੱਜਲ ਹੁੰਦੇ ਪਏ ਆ ਇੱਕ ਡਿਗਰੀ ਕਰਕੇ ਖੱਜਲ ਹੋਣਾ ਪੈਂਦਾ ਵਿਚਾਰੇ ਇਹੀ ਪਾਰਕ ਦੇ ਸਾਹਮਣੇ ਖੱਜਲ ਹੁੰਦੇ ਪਏ ਆ ਉਹਨਾਂ ਦੇ ਇੱਥੇ ਬੜੇ ਮਜ਼ੇ ਨਾਲ ਬਈਦਾ ਸੀ ਗੱਲਾਂ ਬਾਤਾਂ ਕਰੀਦੀਆਂ ਸੀ ਅਤੇ ਪਤਾ ਨਹੀਂ ਕਿ ਇੰਨੇ ਖੱਜਲ ਹੋਣਾ ਪਊਗਾ ਹੁਣ ਅਕਾਊਂਟ ਆਫਿਸ ਤੋਂ ਪਤਾ ਲੱਗਣਾ ਆਈ ਹੈ ਡਿਗਰੀ ਸ਼ਿਵਮ ਦੀ ਕਿ ਨਹੀਂ ਕੀ ਹੋਇਆ 2 ਮਿੰਟ ਬਾਅਦ ਪਤਾ ਲੱਗੂਗਾ ਵੀ ਆਈ ਹੈ ਕਿ ਨਹੀਂ ਡਿਗਰੀ ਯਾਰ ਆ ਹੀ ਗਈ ਹੋਏ ਯਾਰ
ਵਿਚਾਰੇ ਯਾਰ ਪਿਛਲੀ ਵਾਰ ਵੀ ਆਏ ਖਾਲੀ ਹੱਥ ਮੁੜ ਗਏ ਆਈ ਹੋਈ ਆ ਆਈ ਹੋਈ ਜਦੋਂ ਤੱਕ ਹੱਥ 'ਚ ਨਹੀਂ ਨਾ ਆਉਂਦੀ ਖੁਸ਼ ਨਹੀਂ ਹੋਣਾ ਪਿਛਲੀ ਵਾਰ ਵੀ ਆਪਾਂ ਵਲੌਗ ਚਾਹੀ ਕਿ ਆਈ ਡੀ ਐਮ ਸੀ ਆਈ ਹੈ ਤੇ ਚੱਲੇ ਆ ਪਰ ਵਿਚਾਰੇ ਇੱਦਾਂ ਹੀ ਮੁੜ ਆਏ ਪਰ ਫਿਰ ਵੀ ਚਲੋ ਇਸ ਵਾਰ ਤੇ ਆ ਹੀ ਗਈ ਹੋਏਗੀ ਗੁਰਪ੍ਰਨੀਤ ਮੇਰੀ ਗੱਲ ਸੁਣ ਹੌਸਲਾ ਲਈਦਾ ਹੁੰਦਾ ਇਹਨਾਂ ਨੂੰ ਵੇਖ ਕੇ ਕਾਪੀ ਪੈਨ ਪੜਿਆ ਜੀ ਵੀ ਲੱਗਣ ਦੇ ਕੋਈ ਨੀ ਯਾਰ ਸ਼ਿਵਮ ਠਾਕੁਰ ਤੇ ਖੁਸ਼ ਹੀ ਬਹੁਤ ਆ ਅੱਜ ਹਾਂਜੀ ਸਾਨੂੰ ਕਿਹਨੇ ਦੇਣੀ ਡਿਗਰੀ ਗੁਰਪ੍ਰਨੀਤ ਸਾਨੂੰ ਕਿਹਨੇ ਦੇਣੀ ਡਿਗਰੀ ਮਿਲ ਗਈ ਡਿਗਰੀ ਓ ਮਾਈ ਗੋਡ ਕੰਗ੍ਰੈਚੁਲੇਸ਼ਨਸ ਤੁਹਾਨੂੰ ਵੀ ਮਿਲ ਗਈ ਕੰਗ੍ਰੈਚੁਲੇਸ਼ਨਸ ਸੋ ਅੱਜ ਦੋਨੋਂ ਬਹੁਤ ਖੁਸ਼ ਹੈ ਮੈਂ ਵੀ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ ਵੀ ਡੀ ਐਮ ਸੀ ਮਿਲ ਗਈ ਆ ਗੁਰਪ੍ਰਨੀਤ ਲੁੱਕ ਗਈ ਆ ਯਾਰ ਇਹ ਇਹ ਜਿਹੜੇ ਬਹੁਤੇ ਹੱਸਣ ਦੇ ਨਾ ਪਿਛਲੀ ਵਾਰੀ ਇਹ ਵੀ ਖਾਲੀ ਹੱਥੀ ਮੁੜੇ ਸੀ ਓਹੋ ਕਾਲਜ ਚ ਪੇਂਟ ਵੀ ਹੋ ਰਿਹਾ ਸਾਡੇ ਜਾਣ ਤੋਂ ਬਾਅਦ ਵਧਣ ਡਿਆ ਕਾਲਜ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਜਿੱਦਾਂ ਦੇ ਇਹ ਇਹਨਾਂ ਦੇ ਹੁੰਦੇ ਗ੍ਰਹਿ ਇਹਨਾਂ ਨੇ ਕੰਧਾਂ ਵੀ ਖਰਾਬ ਕਰ ਦੇਣੀਆਂ ਖਾਣ ਪੀਣ ਸ਼ਾਇਦ ਹਵੇਲੀ ਜਾਈਏ ਹਵੇਲੀ ਚਲੀਏ ਹਵੇਲੀ ਚਲੋ ਆਹੋ ਯਾਰ ਨਾਸ਼ਤਾ ਹੀ ਨੀ ਕੀਤਾ ਗੁਰਪ੍ਰਨੀਤ ਨੂੰ ਆਉਣਾ ਨੀ ਦੱਸ ਫਿਰ ਕੀ ਹੋਇਆ ਗੁਰਪ੍ਰਨੀਤ ਅੱਜ ਬਹੁਤ ਖੁਸ਼ ਨਹੀਂ ਹੈਗੀ ਚਲੋ ਹੌਸਲਾ ਹੀ ਦੇ ਸਕਦੇ ਆ ਕਿਉਂ ਵੀ ਨਹੀਂ ਯਾਰ ਡੇਢ ਦੋ ਮਹੀਨੇ ਨਹੀਂ ਆਪਾਂ ਮੈਂ ਫੇਰ ਆਣਾ ਵਾ ਮੈਂ ਆਪਣੇ ਹੋਰ ਲੈਣੇ ਡਾਕੂਮੈਂਟ ਇਹਨਾਂ ਦੇ ਲੈਣੀ ਹਲੇ ਆਪਣਾ ਆ ਗਿਆ ਖਾਣ ਪੀਣ ਨੂੰ ਬਰਗਰ ਆਰਡਰ ਕਰਨਾ ਭੁੱਲ ਗਏ ਚਲੋ ਆਪਾਂ ਤਾਂ ਖਾਈਏ ਐਵੇਂ ਰੱਖ ਲੈਣੇ ਆ ਮੇਰਾ ਕੁਲਚਾ ਵੀ ਆ ਗਿਆ ਸਪੈਸ਼ਲ ਅੰਮ੍ਰਿਤਸਰੀ ਕੁਲਚਾ ਕਿੰਨਾ ਡਿਲੀਸ਼ੀਅਸ ਲੱਗਦਾ ਪਿਆ ਇਹਦੇ ਅੱਗੇ ਨਾ ਸਾਰੀਆਂ ਚੀਜ਼ਾਂ ਫੇਲ ਹੀ ਗੁਰਪ੍ਰਨੀਤ ਸਹੀ ਗੱਲ ਆ ਆਪਾਂ ਕੁਲਚਾ ਖਾਂਦੇ ਆ ਪਹਿਲਾਂ ਗੁਰਪ੍ਰਨੀਤ ਦਾ ਬਰਗਰ ਆ ਗਿਆ ਖੁਸ਼ ਗੁਰਪ੍ਰਨੀਤ ਖੁਸ਼ ਪੂਰੇ ਹਾਂ ਯਾਰ ਕੁਲਚਾ ਜ਼ਿਆਦਾ ਘੈਂਟ ਹੈ ਨਾ ਸੱਚੀ ਦੱਸਿਓ ਭਟੂਰਿਆਂ ਨਾਲੋਂ ਵੀ ਜ਼ਿਆਦਾ ਘੈਂਟ ਕੁਲਚਾ ਹੈ ਬਹੁਤ ਸਵਾਦ ਆ ਹੁਣ ਗੁਰਪ੍ਰਨੀਤ ਚੱਲੀਏ ਵਾਪਸ ਘਰੇ ਬੰਦ ਕਰਦੇ ਹੋਏ ਅੱਜ ਬੜੇ ਖੁਸ਼ ਹੈਗੇ ਆ ਅੱਜ ਟੋਪੀ ਵੀ ਪਾਈ ਹੈ ਫੋਟੋ ਕੀਤੀਆਂ ਦੇਖੋ ਡਿਗਰੀ ਮਿਲ ਗਈ ਸ਼ਿਵਮ ਠਾਕੁਰ ਹੋਟਲ ਮੈਨੇਜਮੈਂਟ ਨੰਬਰ ਨਾ ਲੋਸੀ ਅੱਗੇ 70% ਆਏ ਆ ਮਮਾ ਦੱਸ ਬਾਰੇ ਮੋਟੇ ਆ ਐਵੇਂ ਕਹੀ ਹੋਵੇ ਚਲੋ ਵਧੀਆ ਫੇਰ ਅੱਜ ਪਾਰਟੀ ਹੋ ਜਾਣੀ ਇਹ ਦੇਖ ਹੈ ਹੈ ਇਹ ਦੇਖ ਮਿੱਠਾ ਨਹੀਂ ਲੈ ਕੇ ਆਈ ਮਿੱਠਾ
ਆ ਪਾਪੜ ਲੈ ਕੇ ਆਏ ਆ ਖੱਟਾ ਮਿੱਠਾ ਕਰਾ ਦੋ ਕੀ ਖਾਣਾ ਦੱਸੋ ਜੋ ਮਰਜ਼ੀ ਖਵਾ ਦੋ ਮੰਮਾ ਕਲਰ ਚੈੱਕ ਕਰਾ ਇਹਦਾ ਇਹਦੇ ਕੋਲ ਏ ਓ ਆ ਜੀ ਸੇ ਮੁਬਾਰਕਾਂ ਇਹਨੂੰ ਲੈਮੀਨੇਸ਼ਨ ਕਰਾਣਾ ਹਲੇ ਯਾਰ ਗੁਰਪ੍ਰਨੀਤ ਆਈ ਹਾਂ ਕਾਲਜ ਆਈ ਵਿਚਾਰੀ ਡੀਐਮਸੀ ਨੇ ਉਹ ਡੀਐਮਸੀ ਕਹਿੰਦਾ ਡਿਗਰੀ ਨਹੀਂ ਮਿਲੀ ਉਹ ਥੋੜੀ ਲੇਟ ਮਿਲਣੀ ਨਾ ਉਹਨੂੰ ਦੋ ਮਹੀਨਿਆਂ ਬਾਅਦ ਜਿੱਦਾਂ ਮੈਂ ਪਹਿਲਾਂ ਲੈ ਨਹੀਂ ਗਿਆ ਸੀ ਮੇਰੀ ਵੀ ਲੇਟ ਮਿਲੀ ਸੀ ਲੇਟ